ਇੱਥੇ ਕੰਮ ਕਿੱਦਾਂ ਕਿੱਦਾਂ ਦੇ ਹੈਗੇ ਨੇ, ਜੇ ਬੰਦਾ ਆ ਜਾਂਦਾ ਗ੍ਰੀਸ ਦੇ ਵਿੱਚ, ਚਾਹੇ ਉਹ ਇਲੀਗਲ ਆਇਆ ਜਾਂ ਲੀਗਲ ਤਰੀਕੇ ਨਾਲ, ਕੰਮ ਕਿਹੜੇ ਕਿਹੜੇ ਤਰ੍ਹਾਂ ਦੇ ਨੇ ਇੱਥੇ ਜੀ, ਕਿਹੜੇ ਕਿਹੜੇ ਕਰਨੇ ਪੈਂਦੇ ਆ? ਜਿਹੜਾ ਤਾਂ ਭਾਜੀ ਗੱਲ ਉੱਥੇ ਆ ਗਈ ਨਾ ਭਾਜੀ, ਕਾਗਜ਼ ਹੋਣੇ ਜ਼ਰੂਰੀ ਹੈ ਪਹਿਲੀ ਗੱਲ ਤਾਂ ਵੀ ਉੱਥੇ ਚਲੋ ਕੋਈ ਕੰਮ ਮੰਨਦੇ ਹਾਂ ਕਿ ਕਾਗਜ਼ ਵੀ ਬਣ ਗਏ, ਠੀਕ ਹੈ, ਜਾਂ ਕਾਗਜ਼ ਨਹੀਂ ਹੈਗੇ, ਬਟ ਕੰਮ ਕਿੱਦਾਂ ਕਿੱਦਾਂ ਦੇ ਨੇ ਜੀ? ਇੱਥੇ ਇੱਥੇ ਜ਼ਿਆਦਾਤਰ ਭਾਜੀ ਖੇਤੀਬਾੜੀ ਦਾ ਜਾਂ ਹਾਂਜੀ ਫਿਰ ਫੈਕਟਰੀਆਂ 'ਚ ਕੰਮ ਹੈਗੇ ਨੇ। ਠੀਕ ਹੈ ਜੀ। ਇੱਥੇ ਆਫਿਸਿਸ ਆਫਿਸ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਬੈਕ ਟੂ ਮਿਸਟਰ ਸਿੰਘ ਚੈਨਲ। ਸੋ ਅੱਜ ਆਪਾਂ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਜੀ। ਆਪਾਂ ਗੱਲ ਕਰਾਂਗੇ ਜੀ ਗ੍ਰੀਸ ਦੇ ਬਾਰੇ, ਕੰਮ ਦੀ ਓਪਰਚੁਨਿਟੀਜ਼ 2023 ਦੇ ਅਕੋਰਡਿੰਗ ਇੱਥੇ ਘਰ ਦੇ ਖਰਚੇ ਕਿੰਨੇ ਆ, ਸੈਲਰੀਜ਼ ਕਿੰਨੀ ਹੈਗੀ ਹੈ, ਜੇ ਤੁਸੀਂ ਗ੍ਰੀਸ ਆ ਰਹੇ ਹੋ, ਠੀਕ ਹੈ ਜੀ, ਤੁਹਾਨੂੰ ਕੀ ਸੋਚ ਕੇ ਆਉਣਾ ਚਾਹੀਦਾ, ਤੁਸੀਂ ਕਿੰਨਾ ਕੁ ਪੈਸਾ ਕਮਾ ਸਕਦੇ ਹੋ ਜੀ। ਅਤੇ ਮੇਰੇ ਨਾਲ ਭਾਜੀ ਬੈਠੇ ਨੇ ਜੀ, ਅਤੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ, 15 ਤੋਂ 16 ਸਾਲ ਹੋ ਗਏ ਗ੍ਰੀਸ ਦੇ ਵਿੱਚ। ਸੋ ਇਹਨਾਂ ਦਾ ਐਕਸਪੀਰੀਅੰਸ ਜੋ ਗ੍ਰੀਸ ਦੇ ਵਿੱਚ ਰਿਹਾ ਅਤੇ ਅੱਜ ਦਾ ਟਾਈਮ ਜਿਹੜਾ ਗ੍ਰੀਸ ਦਾ ਚੱਲ ਰਿਹਾ, ਉਹ ਆਪਾਂ ਇਹਨਾਂ ਨਾਲ ਗੱਲ ਕਰਾਂਗੇ। ਤਾਂ ਸੋਰੀ ਪਹਿਲਾਂ ਤੁਹਾਡੇ ਤੋਂ ਮੰਗ ਲਈਏ, ਕਿਉਂਕਿ ਇਹਨਾਂ ਦਾ ਫੇਸ ਆਪਾਂ ਬਲਰ ਕੀਤਾ ਹੋਇਆ। ਸੋ ਕਿਉਂਕਿ ਆਪਣੀ ਪ੍ਰਾਈਵੇਸੀ ਜਿਹੜੇ ਕਈ ਬੰਦੇ ਨਹੀਂ ਸ਼ੋਅ ਕਰਨਾ ਚਾਹੁੰਦੇ, ਸੋ ਤਾਂ ਹੀ ਆਪਾਂ ਪਹਿਲਾਂ ਸੋਰੀ ਮੰਗ ਲੈਂਦੇ ਹਾਂ। ਐਂਡ ਸਭ ਤੋਂ ਪਹਿਲਾਂ ਭਾਜੀ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਜੀ। ਬਹੁਤ ਬਹੁਤ ਥੈਂਕ ਯੂ ਭਾਜੀ, ਤੁਹਾਡਾ ਧੰਨਵਾਦ ਤੁਸੀਂ ਹਾਂਜੀ ਆਇਆ। ਹਾਂਜੀ, ਤੇ ਭਾਜੀ ਐਕਚੁਅਲੀ ਮੇਰੇ ਚੈਨਲ ਦੇ ਥਰੂ ਆਪਾਂ ਪੰਜਾਬ ਦੀ ਕਮਿਊਨਿਟੀ ਨੂੰ ਮੈਂ ਹਮੇਸ਼ਾ ਮੈਸੇਜ ਦੇਣਾ ਹੁੰਦਾ ਕਿ ਜਿਹੜਾ ਵੀ ਯੰਗਸਟਰ ਜਾਂ ਕੋਈ ਫੈਮਿਲੀ ਪੰਜਾਬ ਤੋਂ ਗ੍ਰੀਸ ਆਉਣਾ ਚਾਹੁੰਦੀ ਹੈ, ਠੀਕ ਹੈ ਜੀ, ਤੇ ਉਹ ਕੀ ਸੋਚ ਕੇ ਆਉਂਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਉੱਥੇ ਜਾ ਕੇ ਬਹੁਤ ਕਮਾਈਆਂ ਨੇ, ਪੈਸਾ ਬਹੁਤ ਜ਼ਿਆਦਾ ਹੈਗਾ, ਤੇ ਤੁਸੀਂ ਥੋੜਾ ਜਿਹਾ ਆਪਣਾ ਇੱਕ ਓਵਰਵਿਊ ਦਿਓ ਜੀ ਗ੍ਰੀਸ ਬਾਰੇ ਜੀ। ਭਾਜੀ ਗੱਲ ਇਸ ਤਰ੍ਹਾਂ ਹੈ ਕਿ ਮੈਂ ਤੇ ਸੱਚ ਬੋਲਾਂ, ਗ੍ਰੀਸ ਵਿੱਚ ਬੇਸਿਕਲੀ ਅਗਰ ਕੋਈ ਬੰਦਾ ਇੰਡੀਆ ਤੋਂ ਇਕੱਲਾ ਵੀ ਆਵੇ ਜਾਂ ਫੈਮਿਲੀ ਨਾਲ ਵੀ ਆਵੇ, ਜਦ ਤੱਕ ਉਹ ਇੱਥੇ ਲੀਗਲ ਨਹੀਂ ਹੁੰਦਾ ਉਹਨੂੰ ਕਿਸੇ ਨੇ ਕੰਮ ਨਹੀਂ ਦੇਣਾ। ਹਾਂਜੀ, ਠੀਕ ਹੈ ਜੀ, ਜਦ ਤੱਕ ਪਹਿਲਾਂ ਆਪਣਾ ਸਟੇਟਸ ਇੱਥੇ ਲੀਗਲ ਕਰਨਾ ਪੈਂਦਾ, ਤਾਂ ਉਹਦੇ ਵਿੱਚ ਤੁਹਾਨੂੰ ਇੱਥੇ ਗ੍ਰੀਸ ਵਿੱਚ ਕੋਈ ਲੀਗਲ ਪ੍ਰੋਸੀਜਰ ਨਹੀਂ ਹੈ ਕਿ ਜਿਹੜਾ ਬੰਦਾ ਇੰਡੀਆ ਤੋਂ ਆਵੇ ਤਾਂ ਉਹ ਜਾ ਕੇ ਕਾਗਜ਼ ਅਪਲਾਈ ਕਰ ਸਕਦਾ। ਹਾਂਜੀ, ਇਹ ਗ੍ਰੀਸ ਗਵਰਨਮੈਂਟ ਦੇ ਹੱਥ ਹੈ ਕਦੋਂ ਇਮੀਗ੍ਰੇਸ਼ਨ ਖੋਲਣਗੇ, ਜਦੋਂ ਲਾਸਟ ਟਾਈਮ ਇਹਨਾਂ ਨੇ 2005 ਵਿੱਚ ਖੋਲੀ ਸੀ, ਤਾਂ ਹੁਣ ਇਹਨਾਂ ਨੇ 7 ਸਾਲ ਦਾ ਰੂਲ ਵਾਲਾ ਖੋਲੀ ਹੋਈ ਹੈ। ਹਾਂਜੀ, ਉਹੀ ਉਹਨਾਂ ਵਾਸਤੇ ਜਿਹਨਾਂ ਜਿਹੜੇ ਇੱਥੇ 7 ਸਾਲ ਤੋਂ ਹੈ, ਉਹਨਾਂ ਕੋਲ ਕੋਈ ਪ੍ਰੂਫ ਹੈ ਪ੍ਰੂਫ ਹੈ ਕਿ 7 ਸਾਲ ਤੋਂ ਰਹਿ ਰਹੇ ਨੇ। ਓਕੇ, ਉਹ ਤੋਂ ਇਲਾਵਾ ਨਵੇਂ ਬੰਦੇ ਕਾਗਜ਼ ਨਹੀਂ ਬਣਦੇ ਹੈਗੇ, ਤੇ ਇੱਥੇ ਮੈਂ ਤਾਂ ਇਹ ਸਜੈਸਟ ਕਰਾਂਗਾ ਪਹਿਲੀ ਗੱਲ ਤਾਂ ਇੱਥੇ ਆਉਣਾ ਚਾਹੀਦਾ ਨਹੀਂ ਹੈਗਾ, ਜੇ ਆਉਣਾ ਵੀ ਚਾਹੁੰਦੇ ਨੇ ਤੇ ਬੇਸਿਕਲੀ ਜ਼ਿਆਦਾਤਰ ਲੋਕ ਅਗਾਂਹ ਨਿਕਲਣ ਨੂੰ ਇੱਥੇ ਆਉਂਦੇ ਆ, ਜੇ ਅਗਾਂਹ ਜਾਣਾ ਚਾਹੁੰਦਾ ਜਾ ਸਕਦਾ, ਗ੍ਰੀਸ ਵਿੱਚ ਫਿਊਚਰ ਨਹੀਂ ਹੈਗਾ ਭਾਈ, ਗ੍ਰੀਸ ਵਿੱਚ ਫਿਊਚਰ ਨਹੀਂ ਫਿਊਚਰ ਨਹੀਂ ਹੈਗਾ ਜੀ। ਸੋ ਉਹ ਮੈਂ ਹਮੇਸ਼ਾ ਤੁਹਾਨੂੰ ਜਿਵੇਂ ਦੱਸਦਾ ਹੁੰਦਾ, ਇਹ ਗ੍ਰੀਸ 'ਚ ਓਨਾ ਫਿਊਚਰ ਨਹੀਂ ਹੈਗਾ ਜੋ ਤੁਸੀਂ ਸੋਚਦੇ ਹੋ ਕਿ ਇੱਥੇ ਅਸੀਂ ਆਪਣੀ ਲਾਈਫ ਸੈਟਲ ਕਰ ਲਾਂਗੇ, ਉਦਾਂ ਦੀਆਂ ਗੱਲਾਂ ਬਾਤਾਂ ਨਹੀਂ ਹੈਗੀਆਂ। ਐਂਡ ਭਾਜੀ ਗ੍ਰੀਸ ਦੇ ਵਿੱਚ ਕਿੰਨੀ ਕੁ ਤਨਖਾਹ ਮਿਲ ਜਾਂਦੀ ਹੈ ਜੀ ਇੱਥੇ? ਭਾਜੀ ਗ੍ਰੀਸ ਵਿੱਚ ਤਨਖਾਹ ਦਾ ਵੀ ਫਿਰ ਉਹੀ ਗੱਲ ਆ ਗਿਆ, ਇੱਥੇ ਤੇ ਪਹਿਲੀ ਗੱਲ ਤੇ ਕਾਗਜ਼ ਜ਼ਰੂਰੀ ਚਾਹੀਦੇ ਨੇ। ਹਾਂਜੀ, ਕਾਗਜ਼ ਹੋਣ ਤੋਂ ਬਾਅਦ ਤੁਹਾਨੂੰ ਬੋਲੀ ਆਉਣੀ ਜ਼ਰੂਰੀ ਹੈ। ਠੀਕ ਹੈ ਜੀ, ਠੀਕ ਹੈ। ਹਾਂ, ਕੁਛ ਇੰਟਰਨੈਸ਼ਨਲ ਕੰਪਨੀਸ ਹੈ ਜਿਹਦੇ ਵਿੱਚ ਇੰਗਲਿਸ਼ ਸਪੀਕਿੰਗ ਬੰਦੇ ਰੱਖ ਲੈਂਦੇ, ਪਰ ਉਹ ਵੀ ਕਾਗਜ਼ ਜ਼ਰੂਰੀ ਚਾਹੀਦੇ ਨੇ। ਬਿਲਕੁਲ ਜੀ, ਪਰ ਉਹਦੇ ਵਿੱਚ ਵੀ ਗਰੰਟੀ ਕੰਮ ਦੀ ਨਹੀਂ ਹੁੰਦੀ ਹੈਗੀ, ਤੁਹਾਨੂੰ ਹੋ ਸਕਦਾ 7 ਮਹੀਨੇ ਲੱਗ ਜਾਣ, 8 ਲੱਗ ਜਾਣ। ਹਾਂ, ਅਗਰ ਤੁਹਾਡੇ ਕੋਲ ਇੱਥੇ ਕਾਗਜ਼ ਬਣ ਜਾਣ, ਤੁਹਾਨੂੰ ਕੰਮ ਲੱਭ ਹੀ ਜਾਵੇ, ਜ਼ਿਆਦਾਤਰ ਬੋਲੀ ਜਿਹੜੀ ਹੈਗੀ ਤੁਹਾਨੂੰ ਗ੍ਰੀਕੀ ਲੋਕਾਂ ਨਾਲ ਕੰਮ ਕਰਨਾ ਪੈਂਦਾ। ਓਕੇ, ਉੱਥੇ ਤੁਹਾਨੂੰ ਗ੍ਰੀਕੀ ਆਉਣੀ ਜ਼ਰੂਰੀ ਹੈ। ਹਾਂਜੀ, ਅਗਰ ਤੁਹਾਨੂੰ ਗ੍ਰੀਕੀ ਨਹੀਂ ਆਉਂਦੀ ਤਾਂ ਸਰਵਾਈਵ ਨਹੀਂ ਕਰ ਸਕਦੇ। ਬਟ ਸੈਲਰੀ ਮੰਥਲੀ ਕਿੰਨੀ ਕੁ ਹੋਏਗੀ ਜੇਕਰ ਤੁਹਾਨੂੰ ਇੱਥੇ ਦੇਖੋ ਜੀ 12 ਤੋਂ 13 ਸਾਲ, ਮੇਰੇ ਖਿਆਲ 15 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਟਾਈਮ ਨਾ, ਤੇ ਤੁਸੀਂ ਉਦੋਂ ਦੇ ਟਾਈਮ ਦੇ ਅਕੋਰਡਿੰਗ ਤੇ ਹੁਣ 2023 ਚੱਲੀ ਜਾਂਦਾ ਜੀ, ਤੇ ਉਦੋਂ ਦੀ ਸੈਲਰੀ ਕਿੰਨੀ ਸੀ ਤੇ ਹੁਣ ਦੀ ਸੈਲਰੀ ਕਿੰਨੀ ਹੈ? ਪਹਿਲਾਂ ਭਾਜੀ ਰਿਸੈਸ਼ਨ ਗ੍ਰੀਸ ਵਿੱਚ 2008-09 ਦੇ ਵਿੱਚ ਆਇਆ ਸੀਗਾ। ਓਕੇ, ਉਸ ਤੋਂ ਪਹਿਲਾਂ ਤੇ ਸੈਲਰੀ ਸਰਕਲ ਕਾਫੀ ਅੱਛਾ ਹੁੰਦਾ, ਅਰਾਊਂਡ 1200-1300 ਯੂਰੋ ਬੰਦਾ ਆਮ ਲੈਂਦਾ ਹੁੰਦਾ ਸੀ। ਮੈਂ ਗੱਲ ਕਰਾਂ 2008-09 ਦੀ ਗੱਲ। ਓਕੇ ਜੀ, ਬਾਅਦ ਰਿਸੈਸ਼ਨ ਆਇਆ, ਉਸ ਤੋਂ ਬਾਅਦ ਗ੍ਰੀਸ ਦੇ ਕਾਫੀ ਮੰਦੇ ਹਾਲ ਰਹੇ ਨੇ, ਲੋਕਾਂ ਨੇ ਨਿਊਜ਼ ਪੇਪਰ ਵਗੈਰਾ ਸੁਣਿਆ ਹੋਣਾ। ਹਾਂਜੀ, ਠੀਕ ਹੈ, ਗ੍ਰੀਸ ਪਹਿਲੇ 3-4 ਸਾਲਾਂ ਤੋਂ ਆਪਣੇ ਪੈਰਾਂ 'ਚ ਆ ਗਿਆ, ਪਰ ਸੈਲਰੀ ਜਿਹੜਾ ਹੈ ਨਾ ਬੇਸਿਕਲੀ ਇੱਥੇ ਜਿਹੜੀ ਗਵਰਨਮੈਂਟ ਸੈਲਰੀ ਹੈਗੀ ਹੈ, ਹਾਂਜੀ, ਉਹ 400 ਤੋਂ ਲੈ ਕੇ 700 ਯੂਰੋ ਤੱਕ ਮਿਲਦੀ ਹੈ, ਵੀ ਗਵਰਨਮੈਂਟ ਸੈਕਟਰ ਜਿਹੜੇ ਸਾਡੇ ਬੰਦੇ ਨੂੰ ਨਹੀਂ ਮਿਲੇਗੀ। ਓਕੇ, ਠੀਕ ਹੈ। ਦੂਸਰੇ ਆ ਪ੍ਰਾਈਵੇਟ ਬੰਦਾ ਉਹ 600 ਤੋਂ ਲੈ ਕੇ ਮੈਕਸਿਮਮ 800 ਜਾਂ 850 ਤੱਕ ਲੈਂਦਾ, ਉਹ ਵੀ ਕਿਸਮਤ ਹੈ। ਹਾਂਜੀ, ਪਹਿਲੀ ਗੱਲ ਤਾਂ ਕੰਮ ਨਹੀਂ ਲੱਭਦੇ, ਜੇ ਮੈਕਸਿਮਮ ਮਿਲ ਵੀ ਗਿਆ ਤੇ 800 ਯੂਰੋ ਤੱਕ ਮਿਲੇਗਾ, ਫਿਰ ਤੁਸੀਂ ਇਹ ਦੇਖੋ ਖਰਚਾ ਕਿੰਨਾ, ਖਰਚਾ ਕਿੰਨਾ ਹੈ ਇੱਥੇ। ਤੁਸੀਂ ਅਗਰ ਸਿੰਗਲ ਘਰ ਲੈਣਾ ਹੋਵੇ, ਸਿੰਗਲ ਛੋਟਾ ਕਮਰੇ ਦਾ ਘਰ ਵੀ ਤੁਸੀਂ ਲੈਣਾ ਹੋਵੇ, ਹਾਂਜੀ, ਤੇ ਤਕਰੀਬਨ 250-300 ਯੂਰੋ ਤੋਂ ਘੱਟ ਘਰ ਨਹੀਂ ਮਿਲਦਾ ਤੁਹਾਨੂੰ। ਜੇ ਤੁਸੀਂ 600 ਯੂਰੋ ਲੈ ਰਹੇ ਹੋ, 700 ਵੀ ਲੈ ਰਹੇ ਹੋ, ਤੁਸੀਂ 250 ਕਿਰਾਇਆ ਦੇਣਾ। ਹਾਂਜੀ, ਉਹ ਤਾਂ ਬਿਲਡਿੰਗ ਦੇ ਆਪਣੇ ਖਰਚੇ ਹੁੰਦੇ, ਸਾਫ਼ ਸਫਾਈ ਦੇ, ਤੁਸੀਂ ਜਿਹੜੀ ਆਪਣੀ ਕਰਨੀ ਉਹ ਨਹੀਂ ਮੈਂ ਦੱਸ ਰਿਹਾ, ਜਿਹੜੀ ਬਿਲਡਿੰਗ ਦਾ ਖਰਚਾ ਹੁੰਦਾ ਸਾਫ਼ ਸਫਾਈ ਦਾ, ਫਿਰ ਤੁਸੀਂ ਰੋਟੀ ਵੀ ਖਾਣੀ ਹੈ, ਬਿਲਕੁਲ ਜੀ, ਤੁਸੀਂ ਘਰੇ ਵੀ ਭੇਜ ਲੈਣੇ, ਹਾਂਜੀ, ਤੇ ਇੱਥੇ ਨਹੀਂ ਬਚਦਾ, ਇੱਥੇ ਨਹੀਂ ਬਚਦਾ ਜੀ। ਇੱਥੇ ਮੈਂ ਇਹੀ ਸਲਾਹ ਦਵਾਂਗਾ ਕਿ ਜਿਹੜੇ ਲੋਕ ਆਉਂਦੇ ਨੇ, ਜਾਂ ਇੱਕ ਤਰੀਕਾ ਹੋ ਸਕਦਾ ਕਿ ਤੁਹਾਨੂੰ ਪਹਿਲੀ ਗੱਲ ਤੇ ਮੈਂ ਇਹੀ ਸਜੈਸਟ ਕਰੂੰਗਾ ਕਿ ਕਾਗਜ਼ ਦਾ ਕੋਈ ਤਰੀਕਾ ਕੱਢੋ, ਹਾਂਜੀ, ਕਿਉਂਕਿ ਕੰਮ ਨਹੀਂ ਲੱਭੇਗਾ। ਫਾਇਦਾ ਕੋਈ ਨਹੀਂ, ਇੱਥੇ ਆਓਗੇ ਆਪਣੇ ਸਿਰ ਤੇ ਕਰਜ਼ਾ ਚੜਾ ਲਓਗੇ,
पर जे तुसीं कल्ला घर लै के रहोगे तो तुहाडी जिहड़ी सैलरी है पूरी, वो तुहाडे खाण पीण दे खर्चे च, रहण दे खर्चे च सारी वो निकल जाएगी जी। ते भाजी इत्थे बड़ियां फैमिलियां इदां दियां ने जी जिहड़ियां ना डोंकी ला के आंदे ने जी, इलीगल तरीके नाल आंदे है, ते उहनां वास्ते की मैसेज देना चाहोगे, क्योंकि वो इत्थे आंदे ने वो अगे ही जाना चाहते हैं, ग्रीस एक रस्ता बनाया हुआ उन्होंने। नहीं भाजी देखो तुहाडी गल तो सही है, पर ग्रीस नूं तो उदां भी शुरू तो कहा जाता है कि ग्रीस इज द गेटवे टू यूरोप, मतलब यूरोप का दरवाजा है, तो ग्रीस एंटर कर जाओ अगे जा सकते हो। मैनूं इस तरीके का नहीं पता कितना लोग अगे जाते हैं, बिल्कुल जी, बट जिहड़े आ गए ने उहनां बारे मैं कुछ नहीं कह सकता, जिहड़े आ गए ने हुण उहनां कितना टाइम लगेगा, इत्थे एजेंट बैठे ने भाजी वो 5-6 हज़ार भी लै लैंदे, कोई 3 हज़ार भी कह जाता, एक बंदे पिछे कोई 5 हज़ार भी कह दें, उस भी गरंटी नहीं होंगी, किस्मत है तुहाडी, किस्मत है ये अगे निकल जाओ। मैं तो यही सलाह करांगा जी, बाई चांस जे इत्थे आना ही है तो जे आ गए हो तो कोशिश करो, अगर गांह जाने की नालों चंगा मैं यही कहूंगा इतने आगे पहले इतने कागज बना लो, जे तुहाडे इतने कागज बनने फिर अगे जाना सौखा है, बिल्कुल जी, क्योंकि जिन्हें तुम पैसे अगे जाने लाने हो सकता है कि वकील गल करके कागज बन जाए, पर बहुत घट चांस है, बहुत घट चांस है, अगे तुम रिस्क लैंदे हो, ट्रकों में जाते हो, शिपा में जाते हो, डायरेक्ट डायरेक्ट बंदा बहुत घट भेजता भाजी, बहुत रिस्क है, बहुत रिस्क, स्पैशली मैं कोई परसनली किसी नहीं जानता, बट मैं सुनया कि इतने ज्यादा जो होंगे भी एजेंट वगैरह दूसरे मुल्क के होंगे तो लेडीज ना चंगा बर्ताव नहीं करते है, तो मैं नहीं सलाह दूंगा किसी को कि इतने आने, बिल्कुल जी। सो आप हमेशा अपनी वीडियो डोंकी आप कभी भी प्रमोट नहीं करते, तो बाकी वो थोड़ी ही जिंदगी है, थोड़े माँ प्यो का पैसा है, थोड़ा ही समय है जी, ठीक है, डोंकी लानी ना लानी वो थोड़े से डिपेंड करता है जी, बट अपने वालों यही होंगे कि जे आना है तो सही तरीके आवो, बहुत तरह के वीजे होंगे ने, टाइप सी वीज़ा तुम टूरिस्ट वीज़ा स्टडी वीज़ा या टाइप डी वीज़ा की गल कर लिए तो तुम अपना इतने फैमिली वीज़े के भी आ सकते हो। सो फैमिली वीज़े की जी गलबात हैगी भी भाजी ना आप गल करा, ठीक है जी, वो सैकेंड पार्ट के जरूर देखा जी तुम। एंड मेन होर क्वेश्चन होंगे ने कि भाजी इतने काम ਕਿੱਦਾਂ ਕਿੱਦਾਂ ਦੇਖੇ ਗਏ ਨੇ, ਜੇ ਬੰਦਾ ਆ ਜਾਂਦਾ ਗ੍ਰੀਸ ਦੇ ਵਿੱਚ ਚਾਹੇ ਉਹ ਇਲੀਗਲ ਆਇਆ ਜਾਂ ਲੀਗਲ ਤਰੀਕੇ ਨਾਲ, ਕੰਮ ਕਿਹੜੇ ਕਿਹੜੇ ਤਰ੍ਹਾਂ ਦੇ ਨੇ ਇੱਥੇ ਜੀ, ਕਿਹੜੇ ਕਿਹੜੇ ਕਰਨੇ ਪੈਂਦੇ ਆ? ਜਿਹੜਾ ਤਾਂ ਭਾਜੀ ਗੱਲ ਉੱਥੇ ਆ ਗਈ ਨਾ ਭਾਜੀ, ਕਾਗਜ਼ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਤਾਂ, ਵੀ ਚਲੋ ਮੰਨਦੇ ਆ ਕਿ ਕਾਗਜ਼ ਵੀ ਬਣ ਗਏ ਠੀਕ ਹੈ ਜਾਂ ਕਾਗਜ਼ ਨਹੀਂ ਹੈਗੇ, ਬਟ ਕੰਮ ਕਿੱਦਾਂ ਕਿੱਦਾਂ ਦੇ ਨੇ ਜੀ? ਇੱਥੇ ਇੱਥੇ ਜ਼ਿਆਦਾਤਰ ਭਾਜੀ ਖੇਤੀਬਾੜੀ ਦਾ ਜਾਂ ਫਿਰ ਫੈਕਟਰੀਆਂ 'ਚ ਕੰਮ ਹੈਗੇ ਨੇ, ਠੀਕ ਹੈ ਜੀ, ਇੱਥੇ ਆਫਿਸਿਸ ਆਫਿਸ ਜੋਬਸ ਵਗੈਰਾ ਇੱਥੇ ਕੋਈ ਜੋ ਤੁਹਾਨੂੰ ਬਹੁਤ ਘੱਟ ਮਿਲਦੀ ਹੈ, ਬਹੁਤ ਘੱਟ ਮਿਲਦੀ ਹੈ, ਬਹੁਤ ਘੱਟ ਹੈ, ਤੁਹਾਨੂੰ ਵੈਸੇ ਤੁਹਾਨੂੰ ਕੁਆਲੀਫਿਕੇਸ਼ਨ ਅੱਛੀ ਚਾਹੀਦੀ ਹੈਗੀ ਹੈ, ਐਟਲੀਸਟ ਇੰਗਲਿਸ਼ ਚੰਗੀ ਬੋਲਣ 'ਚ ਨਾ, ਠੀਕ ਹੈ, ਤੁਸੀਂ ਕੁਝ ਇੰਟਰਨੈਸ਼ਨਲ ਫਰਮਸ ਆ ਇੱਥੇ ਅਪਲਾਈ ਕਰ ਸਕਦੇ ਹੋ, ਕਰੈਕਟ, ਜਿੱਦਾਂ ਤੁਹਾਨੂੰ ਮੈਂ ਸ਼ੁਰੂ 'ਚ ਕਿਹਾ ਸੀਗਾ ਕੋਈ ਗਰੰਟੀ ਨਹੀਂ ਹੈਗੀ, ਬਿਲਕੁਲ ਜੀ, ਹਾਂ, ਬਾਕੀ ਬੇਸਿਕਲੀ ਲੇਬਰ ਜੋਬਸ ਨੇ ਇੱਥੇ ਸਾਰੇ, ਲੇਬਰ ਜੋਬ, ਲੇਬਰ ਜੋਬਸ, ਤੇ ਜੇ ਆਪਾਂ ਗੱਲ ਕਰੀਏ ਨੋਰਮਲ ਬੇਸਿਕ ਜਿਹੜੀਆਂ ਦੋ ਤਰ੍ਹਾਂ ਦੀਆਂ ਲੇਬਰ ਜੋਬ ਨੇ, ਇੱਕ ਫੈਕਟਰੀ ਹੋ ਗਈ ਤੇ ਇੱਕ ਐਗਰੀਕਲਚਰ ਹੋ ਗਿਆ, ਐਗਰੀਕਲਚਰ ਦੇ ਵਿੱਚ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਜੀ? ਐਗਰੀਕਲਚਰ ਤੇ ਭਾਜੀ ਡਿਪੈਂਡ ਕਰਦਾ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਇਹ ਤੁਹਾਡੇ ਮਾਲਕ ਤੇ ਡਿਪੈਂਡ ਕਰਦਾ, ਹੁਣ ਮੈਂ ਇਹੋ ਜਿਹੇ ਹਾਲਾਤ ਵੀ ਦੇਖੇ ਨੇ, ਪੁਰਾਣੇ ਟਾਈਮਾਂ ਦੀ ਗੱਲ ਕਰ ਰਿਹਾ, ਮੈਂ ਰੀਸੈਂਟਲੀ ਕੁਛ ਨਹੀਂ ਦੇਖਿਆ, ਮੈਂ ਕਦੇ ਗਿਆ ਵੀ ਨਹੀਂ ਉਸ ਪਾਸੇ, ਹਾਂਜੀ, ਮੈਂ ਗੱਲ ਕਰ ਰਿਹਾ 2010-11 ਦੀ, ਮੈਂ ਪਿੰਡਾਂ ਵਾਲੇ ਪਾਸੇ ਜਾਂਦਾ ਹੁੰਦਾ ਸੀ, ਉੱਥੇ ਮੈਂ ਦੇਖਿਆ ਕਿ ਲੋਕ 15-15 ਘੰਟੇ ਵੀ ਕੰਮ ਕਰਦੇ ਨੇ, ਓਕੇ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਸੀਗਾ 30-40 ਮੁੰਡੇ ਇੱਕ ਫਾਰਮ ਹਾਊਸ 'ਤੇ ਰਹਿੰਦੇ ਨੇ, ਹਾਂਜੀ, ਥੱਲੇ ਸੌਂਦੇ ਨੇ, ਚਾਦਰਾਂ ਵਿਛਾ ਕੇ, ਗੱਦੇ ਵਿਛਾ ਕੇ, ਅਤੇ ਉੱਥੇ ਲੱਕੜਾਂ ਦੇ ਫੱਟਿਆਂ 'ਤੇ ਸੌਂਦੇ ਹੁੰਦੇ ਸੀ, ਰਾਈਟ, ਤੇ ਮਾਲਕ ਉਹਨਾਂ ਨੂੰ ਇਕੱਠਿਆਂ ਰੋਟੀ ਪਾਉਂਦੀ ਸੀਗੀ, ਹਾਂਜੀ, ਉੱਥੇ ਵੀ ਡਿਊਟੀ ਬੜੀ ਲੰਬੀ ਸੀਗੀ, ਡਿਊਟੀ ਲੰਬੀ, ਉੱਥੇ ਪਰ ਇਹ ਵੀ ਚੱਕਰ ਹੁੰਦਾ ਸੀਗਾ ਕਿ ਪੈਸੇ ਤੁਹਾਨੂੰ ਮਹੀਨੇ ਦੇ ਮਹੀਨੇ ਇਕੱਠੇ ਮਿਲਣੇ ਆ, ਓਕੇ, ਹਫ਼ਤੇ ਦਾ ਹਫ਼ਤੇ ਨਹੀਂ ਮਿਲਣੇ, ਹਾਂਜੀ, ਉਹ ਹਾਂਜੀ ਮਹੀਨੇ ਤੇ ਉੱਥੇ ਸਿਸਟਮ ਹੁੰਦਾ ਸੀਗਾ, ਹੁਣ ਮੈਨੂੰ ਰੀਸੈਂਟਲੀ ਨਹੀਂ ਪਤਾ ਕਿ ਕਿੰਨੇ ਘੰਟੇ ਚੱਲਦਾ ਕਿੰਨੇ ਘੰਟੇ ਚੱਲਦਾ, ਹਾਂ ਫੈਕਟਰੀਆਂ ਵਿੱਚ ਇਹ ਜ਼ਰੂਰ ਹੈ ਕਿ ਫੈਕਟਰੀਆਂ ਵਿੱਚ ਬੇਸਿਕਲੀ ਕੀ ਹੁੰਦਾ, ਜਿਹੜੀ ਫੈਕਟਰੀਆਂ ਹੁੰਦੀਆਂ ਉਹ ਗ੍ਰੀਸ ਦੇ ਲਾਅ ਬਹੁਤ ਫੋਲੋ ਕਰਦੀਆਂ ਨੇ, ਓਕੇ, ਫੈਕਟਰੀ 'ਚ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ ਕਿ ਤੁਹਾਨੂੰ 8 ਘੰਟੇ ਜੋਬ ਹੀ ਮਿਲੇਗੀ, ਅਗਰ ਤੁਹਾਨੂੰ ਜ਼ਿਆਦਾ ਪੈਸਾ ਤੁਹਾਨੂੰ 1-2 ਘੰਟੇ ਬਾਅਦ ਤੁਹਾਨੂੰ ਓਵਰ ਟਾਈਮ ਮਿਲੇਗਾ, ਫੈਕਟਰੀ 'ਚ ਇਹ ਫਾਇਦਾ ਕਿ ਤੁਹਾਨੂੰ ਕੋਈ ਫੈਕਟਰੀ ਚੱਲ ਰਹੀ ਹੈਗੀ ਨਾ ਐਸੈਂਸ ਦੇ ਲੱਗ ਜਾਂਦੀ ਨੇ, ਹਾਂਜੀ, ਉਹਦੇ ਵਿੱਚ ਫਿਰ ਇਹ ਹੈ ਕਿ ਤੁਹਾਨੂੰ 8 ਘੰਟੇ ਰੂਲ ਜਿੱਦਾਂ ਗ੍ਰੀਸ ਪਰ ਗ੍ਰੀਸ ਗਵਰਨਮੈਂਟ ਦੇ ਲਾਅ ਹੈਗਾ ਆ, ਤੁਹਾਨੂੰ 8 ਘੰਟੇ ਕੰਮ ਕਰਨਾ ਪਏਗਾ, ਅਗਰ ਉਹ ਤੋਂ ਬਾਅਦ ਤੁਸੀਂ 1 ਘੰਟਾ ਵੀ ਲਾਉਂਦੇ 1 ਮਿੰਟ ਵੀ ਲਾਉਂਦੇ ਉਹਦਾ ਓਵਰ ਟਾਈਮ ਮਿਲੇਗਾ, ਓਵਰ ਟਾਈਮ ਮਿਲੇਗਾ ਜੀ, ਉੱਥੇ ਮਿਲ ਜਾਏਗਾ, ਖੇਤੀਬਾੜੀ ਦੇ ਕੰਮ 'ਚ ਨਹੀਂ ਮਿਲੇਗਾ, ਖੇਤੀਬਾੜੀ ਹੋ ਗਈ, ਜਿੱਦਾਂ ਇੱਕ ਲੋਕ ਇੱਥੇ ਬੱਚੇ ਮੱਛੀਆਂ ਦਾ ਕੰਮ ਵੀ ਕਰਦੇ ਉਹ ਵੀ ਖੇਤੀਬਾੜੀ 'ਚ ਆਉਂਦਾ, ਖੇਤੀਬਾੜੀ 'ਚ ਆਉਂਦਾ, ਉਹਦੇ ਵਿੱਚ ਕੀ ਹੁੰਦਾ, ਮੈਂ ਸਹੀ ਤੁਹਾਨੂੰ ਗੱਲ ਦੱਸਦਾ ਬਾਈ, ਜਿਹੜੇ ਕੰਮ ਦੇ ਤੁਸੀਂ ਉੱਥੇ ਰਹਿਣਾ ਨਾ ਕੰਮ ਦੇ ਵਿੱਚ ਹੀ, ਹਾਂਜੀ, ਉੱਥੇ ਤੁਹਾਡੀ ਫਿਰ ਡਿਊਟੀ ਟਾਈਮਿੰਗਸ ਕੋਈ ਨਹੀਂ ਹੁੰਦੀਆਂ, ਉਹ ਜਦੋਂ ਮਰਜ਼ੀ ਕੰਮ ਲੈ ਸਕਦੇ ਆ, ਹਾਂਜੀ, ਕਿਉਂਕਿ ਜੇ ਕੰਮ ਦੇ ਵਿੱਚ ਹੀ ਬੈਠੇ ਆ ਤਾਂ ਉੱਥੇ ਦਾ ਕੋਈ, ਜਿੱਦਾਂ ਮੱਛੀਆਂ ਦੇ ਫਾਰਮ ਦੇ ਆਪਣੇ ਬੱਚੇ ਕੰਮ ਕਰਦੇ ਆ, ਉਹਨਾਂ ਨੂੰ ਮਾਲਕ ਕਦੀ ਵੀ ਕਹਿੰਦਾ ਜਾਓ ਜੀ ਮੱਛੀਆਂ ਨੂੰ ਖੁਰਾਕ ਪਾ ਕੇ ਆਓ, ਕਦੀ ਉੱਧਰ ਜਾਓ, ਉਸੇ ਤਰੀਕੇ ਨਾਲ ਖੇਤਾਂ ਦੇ ਕੰਮ ਕਰਦੇ, ਫਿਰ ਤੁਹਾਨੂੰ ਟਾਈਮਿੰਗ ਨਹੀਂ ਹੈ, ਟਾਈਮਿੰਗ ਨਹੀਂ ਹੈ, ਹਾਂਜੀ, ਟਾਈਮਿੰਗ ਉਹਨਾਂ ਵਾਸਤੇ ਜਿਹੜੇ ਸ਼ਾਮ ਨੂੰ ਕੰਮ ਕਰਕੇ ਘਰੇ ਆ ਜਾਓ, ਘਰੇ ਆ ਗਏ ਬਸ, ਜਿਹਨਾਂ ਨੇ ਵਿੱਚੇ ਰਹਿਣਾ ਪੈਸੇ ਬਚਾਉਣ ਨੂੰ ਜਾਂ ਕੋਈ ਉਹਨਾਂ ਕੋਲ ਹੋਰ ਸਾਧਨ ਨਹੀਂ ਕਿਤੇ ਰਹਿਣ ਦਾ, ਉਹਨਾਂ ਦੀ ਫਿਰ ਡਿਊਟੀ ਆ ਰਾਸਤੇ ਹੀ ਫਿਰ ਨਾ ਹੀ ਪੁੱਛੋ ਚੰਗਾ। ਸੋ ਬੇਸਿਕ ਹੈ ਜੀ, ਮੇਨ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਨੋਰਮਲੀ 8 ਘੰਟੇ ਦੀ ਸ਼ਿਫਟ ਮੰਨ ਕੇ ਚੱਲੋ, ਗ੍ਰੀਸ ਲੋਅ ਦੇ ਅਕੋਰਡਿੰਗ, ਸੈਟਰਡੇ ਸੰਡੇ ਤੁਹਾਡੀ ਛੁੱਟੀ ਰਹਿੰਦੀ ਹੈ ਜੀ, ਅਤੇ ਸੈਲਰੀ ਵੀ ਗ੍ਰੀਸ ਲੋਅ ਦੇ ਅਕੋਰਡਿੰਗ ਹੋਈ ਹੈ, 700-750 ਹੀ ਹੋਣੀ ਫੈਕਟਰੀ 'ਚ ਤਾਂ।
ਮਿਨੀਮਮ ਸੈਲਰੀ ਦੇਖੋ ਇੱਥੇ ਵੀ 720 730 ਯੂਰੋ ਹੈਗੀ ਆ, ਉਹ ਵੀ ਹਰ ਸਾਲ ਹਰ 6 ਮਹੀਨੇ ਬਾਅਦ ਰੂਲ ਚੇਂਜ ਕਰ ਦਿੰਦੇ, ਚੇਂਜ ਕਰ ਦਿੰਦੇ ਹਾਂਜੀ, ਇੰਨੀ ਮਿਲਦੀ ਹੈਗੀ ਆ ਹਾਂਜੀ, ਤੇ ਸੋ 750 ਦਾ ਇੱਕ ਐਵਰੇਜ ਮੰਨ ਕੇ ਚੱਲੀਏ ਜੀ, ਹਾਂਜੀ 750 ਐਵਰੇਜ ਲਾ ਕੇ ਚੱਲੋ, 750 800 ਲਾ ਲਓ, ਜ਼ਿਆਦਾ 800 ਲਾ ਲਈ ਚਲੋ, ਓਵਰ ਟਾਈਮ ਬਜ਼ਾ ਲਾ ਲੈਂਦੇ ਕਈ ਵਾਰੀ, ਸੋ 800 ਯੂਰੋ ਤੱਕ ਤੁਸੀਂ ਈਜ਼ਲੀ ਫੈਕਟਰੀ 'ਚ ਕੰਮ ਕਰਕੇ ਕਮਾ ਸਕਦੇ ਹੋ, ਅਤੇ ਐਗਰੀਕਲਚਰ ਦੇ ਵਿੱਚ ਵੀ ਤੁਸੀਂ ਨੋਰਮਲੀ ਇੰਨਾ ਮੰਨ ਕੇ ਚੱਲੋ, ਕਿਉਂਕਿ 30 ਤੋਂ 35 ਯੂਰੋ ਤੁਹਾਨੂੰ ਇੱਕ ਦਿਨ ਦੀ ਦਿਹਾੜੀ ਮਿਲ ਜਾਂਦੀ ਹੈ 2023 ਦੇ ਅਕੋਰਡਿੰਗ ਜਾਂ 22 ਦੇ ਅਕੋਰਡਿੰਗ ਅਗਰ ਗੱਲ ਕਰੀਏ ਤਾਂ ਆਪਾਂ। ਅਤੇ ਇਹ ਸੀ ਆਪਣਾ ਛੋਟਾ ਜਿਹਾ ਓਵਰਵਿਊ ਗ੍ਰੀਸ ਦੇ ਬਾਰੇ ਜੀ, ਘਰ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿੰਨਾ ਕੁ ਰੈਂਟ ਆ, ਖਾਣ ਪੀਣ ਦਾ, ਕੰਮ ਦੇ ਹਾਲਾਤ ਕਿੱਦਾਂ ਦੇ ਨੇ ਜੀ, ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। ਸੈਕਿੰਡ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਫੈਮਿਲੀ ਦੇ ਬਾਰੇ, ਕਿ ਫੈਮਿਲੀ ਨੂੰ ਆਪਾਂ ਕਿੱਦਾਂ ਬੁਲਾ ਸਕਦੇ ਹਾਂ, ਕੀ ਓਪਰਚੁਨਿਟੀਜ਼, ਕਿੱਦਾਂ ਕਿੱਦਾਂ ਦੇ ਪੇਪਰ ਡਾਕੂਮੈਂਟਸ ਹੋਣੇ ਚਾਹੀਦੇ ਨੇ। ਸੋ ਸੈਕਿੰਡ ਪਾਰਟ ਜ਼ਰੂਰ ਦੇਖ ਲਿਆ ਜੀ ਫੈਮਿਲੀ ਵੀਜ਼ਾ ਦੇ ਰਿਗਾਰਡਿੰਗ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।